हरि मन बसै
ছাত করে সে বিয়া হারে মন বসে भावे सो
सगल भाव मिटा भै विच पवन वह सदभाव भै विच सब अकार दुश्मन दुख तिसनो नेड़ ना आवै सगल भाव मिटै दुश्मन दुख तिसनो नेड़ ना आवै हो न सकै कोय गुरमुख मन विचारिया मूल मंत्र विस्तारक विचार आप कर रहे हैं मैं तो हैरान हूं ना जदों एक लफ्ज ही अगे वधने हां तो उस तो अगे जान दी लोड़ ही नहीं पैंदी करता वखरा विचारिया पुरख वखरा विचारिया आज साढ़े सामने निरभौ लफ्ज आया क्योंकि गल चल रही है उस एक ओंकार दी जिंदे जेड़े मूल गुण ने बेसिक गुण ने उन्नु मूल मंत्र करके असीं जाण गए सानू उन्हां गुणा दी विशेष विचार करन दी लोड़ पैंदी करते दी हो चुकी सतनाम दी हो चुकी पुरख दी हो चुकी अज साडे सामने निरभौ लफज आ गया सतगुरु ने श्री गुरु ग्रंथ साहिब दी बाणी अंदर एक लफज नाल इस निरभौ दी सारी कहानी बयान कर दित्ती जिसकी एक लफ्ज समझ लीए गुरु कहते हैं अज दे शब्द दे अनुसार एक लफ्ज असी सामने रखिए सारी परिभाषा हो जाती है वो है भै विच सब आकार है आकार लफ्ज ਕਹਿਣ ਲੱਗੇ ਨਿਰਭਉ ਤੇ ਭੈ ਇਹ ਦੋ ਲਫ਼ਜ਼ ਵੱਖਰੇ ਵੱਖਰੇ ਵਿਰੋਧੀ ਨੇ ਇੱਕ ਡਰ ਰਿਹਾ ਇੱਕ ਨਿਡਰ ਤੇ ਕਹਿੰਦੇ ਨੇ ਜਿੰਨਾ ਆਕਾਰ ਹੈ ਆਕਾਰ ਲਫ਼ਜ਼ ਨੂੰ ਵਰਤ ਕੇ ਸਾਨੂੰ ਸਾਰੇ ਭੁਲੇਖਿਆਂ ਤੋਂ ਬਾਹਰ ਕੱਢ ਦਿੱਤਾ ਕਹਿਣ ਲੱਗੇ ਜਿੰਨਾ ਵੀ ਆਕਾਰ ਹੈ ਭਾਵ ਸੰਸਾਰ ਦਿਸਣ ਵਾਲਾ ਆਕਾਰ ਦਾ ਮਤਲਬ ਜਿਹੜਾ ਦਿਸਦਾ ਹੈ ਜਿੰਦਾ ਕੋਈ ਆਕਾਰ ਹੈ ਕੋਈ ਵਜੂਦ ਹੈ ਕਿਉਂਕਿ ਉਹ ਅਕਾਲ ਪੁਰਖ ਨਿਰਆਕਾਰ ਹੈ ਉਹਨੂੰ ਅਸੀਂ ਨਿਰੰਕਾਰ ਆਖਦੇ ਹਾਂ ਨਿਰੰਕਾਰ ਦਾ ਅਰਥ ਨਿਰਆਕਾਰ ਉਹ ਨਿਰਆਕਾਰ ਹੈ ਦਿਸਦਾ ਨਹੀਂ ਤੇ ਗੁਰੂ ਕਹਿੰਦੇ ਜਿੰਨਾ ਆਕਾਰ ਹੈ ਦਿਸਣ ਵਾਲਾ ਸੰਸਾਰ ਹੈ ਕੁਦਰਤ ਹੈ ਉਹ ਸਾਰੀ ਨਿਰਭਉ ਨਹੀਂ ਹੋ ਸਕਦੀ ਭੈ ਵਿੱਚ ਸਭ ਆਕਾਰ ਹੈ ਆਕਾਰ ਲਫ਼ਜ਼ ਨਾਲ ਸਾਰੀ ਗੱਲ ਸਪਸ਼ਟ ਕਰ ਦਿੱਤੀ ਕਹਿਣ ਲੱਗੇ ਕੋਈ ਫੈਸਲਾ ਸਮਝ ਲਓ ਜਿਹੜੀ ਚੀਜ਼ ਵੀ ਦਿਸਦੀ ਹੈ ਆਕਾਰ ਵਾਲੀ ਹੈ ਉਹ ਨਿਰਭੈ ਨਹੀਂ ਹੋ ਸਕਦੀ ਉਹ ਸਾਰੀ ਭੈ ਵਿੱਚ ਇੱਕ ਲਫ਼ਜ਼ ਦੇ ਵਿੱਚ ਸਮੇਟ ਦਿੱਤਾ ਕਹਿਣ ਲੱਗੇ ਭੈ ਵਿੱਚ ਸਭ ਆਕਾਰ ਹੈ ਭੈ ਵਿੱਚ ਪਵਨ ਵਹੇ ਸਦਵਾਉ ਭੈ ਵਿੱਚ ਚੱਲੇ ਲੱਖ ਦਰਿਆ ਆਕਾਰ
ਵਿੱਚ ਅਗਨ ਕੱਢੇ ਵੇਗਾ ਭੈ ਵਿੱਚ ਧਰਤੀ ਦੰਬੀ ਭਾਰ ਆਕਾਰ ਹੈ ਭੈ ਵਿੱਚ ਇੰਦ ਫਿਰੈ ਸਿਰ ਭਾਰ ਭੈ ਵਿੱਚ ਰਾਜਾ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤ ਨਾ ਅੰਤ ਸਗਲਿਆਂ ਬਹਾਰ ਭੈ ਵਿੱਚ ਸਭ ਆਕਾਰ ਹੈ ਸਗਲਿਆਂ ਬਹਾਰ ਲਿਖਿਆ ਸਿਰ ਲੇਖ ਸਗਲਿਆਂ ਬਹਾਰ ਸਾਰਿਆਂ ਦੇ ਜੀਵਨ ਦੇ ਸਿਸਟਮ ਵਿੱਚ ਲੇਖਾਂ ਵਿੱਚ ਭਉ ਲਿਖਿਆ ਗਿਆ ਮੈਂ ਇੱਕ ਵਾਰ ਬਾਕੀ ਦੁਨੀਆਂ ਦੇ ਜੀਵਨ ਦੇ ਹਰ ਮਨੁੱਖ ਦੇ ਲੇਖ ਵੱਖਰੇ ਵੱਖਰੇ ਵੀ ਹੁੰਦੇ ਨੇ ਅਕਸਰ ਲੇਖ ਪਿਤਾ ਅਤੇ ਪੁੱਤਰ ਦੇ ਲੇਖ ਵੀ ਨਹੀਂ ਮਿਲਦੇ ਉਹ ਪੜ੍ਹਿਆ ਹੈ ਉਹ ਅਨਪੜ੍ਹ ਹੋ ਸਕਦਾ ਹੈ ਉਹ ਅਮੀਰ ਹੈ ਉਹ ਗਰੀਬ ਹੋ ਸਕਦਾ ਹੈ ਉਹ ਅਰੋਗ ਹੈ ਉਹ ਰੋਗੀ ਹੋ ਸਕਦਾ ਹੈ ਸਭ ਦੇ ਲੇਖ ਵੱਖਰੇ ਵੱਖਰੇ ਨੇ ਪਰ ਇੱਕ ਲੇਖ ਗੁਰੂ ਕਹਿੰਦੇ ਨੇ ਉਹ ਹੈ ਜਿਹੜਾ ਸਾਰਿਆਂ ਦੇ ਲਿਖਿਆ ਗਿਆ ਆਕਾਰ ਦੇ ਜਿਹੜੇ ਦਿਸਦੇ ਨੇ ਸੰਸਾਰ ਦੇ ਹਰ ਜੀਵ ਦੇ ਮੱਥੇ ਤੇ ਇੱਕ ਲੇਖ ਸਾਂਝਾ ਹੈ ਉਹ ਹੈ ਪਹਿ ਆਉਣ ਵਾਲੇ ਸਮੇਂ ਅੰਦਰ ਜੋ ਕੋਈ ਟੌਪਿਕ ਐਸਾ ਹੁੰਦਾ ਫਿਰ ਸਾਨੂੰ ਮੈਨੂੰ ਵਿਚਾਰਨ ਦਾ ਸਮਾਂ ਮਿਲ ਜਾਂਦਾ ਉਹ ਲੇਖ ਸਾਂਝਾ ਗੁਰੂ ਕਹਿੰਦੇ ਨੇ ਸਿਰ ਲੇਖ ਨਾਨਕ ਨਿਰਭਉ ਨਿਰੰਕਾਰ ਇੱਥੇ ਵੀ ਇੱਕ ਲਫ਼ਜ਼ ਆ ਗਿਆ ਮੈਂ ਗੱਲ ਕੀਤੀ ਸੀ ਇੱਕ ਲਫ਼ਜ਼ ਜਿਹੜਾ ਹੈ ਉਹ ਆਰੰਭ ਹੋਇਆ ਹੈ ਅਤੇ ਅਸੀਂ ਜਿਹੜੇ ਪਹਿਲੇ ਲਫ਼ਜ਼ ਨੂੰ ਨਹੀਂ ਪਛਾਣ ਰਹੇ ਉਹ ਹੈ ਇੱਕ ਉਹ ਇੱਕ ਹੀ ਓਂਕਾਰ ਹੈ ਉਹ ਇੱਕ ਹੀ ਸਤਨਾਮ ਹੈ ਬਾਕੀ ਸੰਸਾਰ ਦੇ ਨਾਮ ਜਿਹੜੇ ਨੇ ਉਹ ਕਿਆਫਿਆਂ ਦੇ ਨੇ ਇੱਕ ਹੀ ਕਰਤਾ ਹੈ ਆ ਚੁੱਕਾ ਇੱਕ ਹੀ ਪੁਰਖ ਹੈ ਪਿਛਲੀ ਵਾਰ ਆ ਚੁੱਕਾ ਹੁਣ ਇੱਥੇ ਨਿਰਭਉ ਆਖਿਆ ਨੇ ਅਤੇ ਉੱਥੇ ਵੀ ਇੱਕ ਲਫ਼ਜ਼ ਵਰਤਣ ਹੈ ਇੱਕ ਨਾਲ ਨਾਲ ਚੱਲਦੇ ਆ ਗੁਰੂ ਕਹਿੰਦੇ ਨੇ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਡਰ ਪੈ ਧਰਤ ਆਕਾਸ਼ ਖਤਰਾ ਸਾਰੇ ਭੈ ਵਿੱਚ ਨੇ ਡਰ ਵਿੱਚ ਡਰ ਪੈ ਧਰਤ ਆਕਾਸ਼ ਖਤਰਾ ਸਿਰ ਉੱਪਰ ਅਮਰ ਕਰਾਰਾ ਪੌਣ ਪਾਣੀ ਬੈ ਸੰਤਰ ਡਰ ਪੈ ਡਰ ਪੈ ਇੰਦਰ ਵਿਚਾਰਾ ਏਕਾ ਨਿਰਭਉ ਬਾਤ ਸੁਣੀ ਸਗਲ ਸਮਗਰੀ ਡਰੇ ਵਿਆਪੀ ਭੈ ਵਿੱਚ ਸਭ ਆਕਾਰ ਹੈ ਸਗਲ ਸਮਗਰੀ ਡਰੇ ਵਿਆਪੀ ਬਿਨ ਡਰ ਨਿਰਭਉ
बिन डर करने हारा एक निर्भो बिन डर करने हारा पानी अंदर एक दो लाइन अंदर बड़ा खूबसूरत जवाब देता कह लगे सत निरंजन अमर है और सत निरंजन अमर है निरपहो निर्वैर निरंकार गुरबाणी की लाइन सत निरंजन अमर है निरपहो निरवैर निरंकार अगले पास एक लफज कहते ही नाम है इस युग में निर्भव हर नाम है बड़ा स्पष्ट कर दे क्योंकि गल नाम तो चली सी अगे चल रहे कह लगे वो की है इस युग में निर्भव हर नाम है पाई है गुर विचार गुरु जी के विचार विच सानू पता लगता है कि नाम जड़ा है उनका निर्भव गुण है नाम की है फिर मसला है भी वो निर्भव क्यों है क्योंकि आकार नहीं है भैर विच सब आकार है निर्भव हर जियो सोए जिन्ना आकार संसार है वो निर्भव हो ही नहीं सकता क्योंकि रोग भी शरीर नूं ही लगदे ने होर छड्डो तुहानूं तां इन्ना ही डर है बुढ़ेपा वो भी दुश्मन है वो भी वैरी गुरबाणी ने आख दिता तीन यार वैरी नानका जे बुढ़े थीए मरण वो भी वैरी है चार च फिर दुश्मन हो डर ही कोई ना हो कभी हो सकता डर होर किस चीज का होंदा है मनुख पानी पींदा है तां छान के हुण अगे नालों डर वध गया अगे इन्ने डर नहीं सन होंदे ज्यों ज्यों मनुख ज्यादा साइंस दे घेरे विच उंदी गोदी विच जाना चाहुंदा ना चाहुंदा तां इह सी भी डर खत्म होण उल्टे डर वध गए ने अगे कोई इन्ने डर होंदे सन भी पानी पीओ नहर नहर तों पानी पी लईदा सी रोटी खाण लगे कदे किसे ने आखिया सी इह किहड़े किहड़े अनाज की बनी हुई है जिहड़ी मिल जाणी पेट भरने मनुख का डर अगे नालों वध रहा है घट नहीं रहा जो पैदल तुरदा सी इन्हें कभी सोचा सी सड़क कहो जी हो रोड पग डंडियां कहो जी हुण पक्कियां सड़कां ते चलन दे बावजूद भी डर रहा है कि एक्सीडेंट ना हो जाए ये सारा कुछ क्यों है फिर गे लाइट ला लवा कित रात को सबर करना अगे जदों गड्डिया नहीं सन होंदियां जदों साइकिल भी नहीं सन होंदे पैदल तुरना होंदे सी किसी चीज का भी डर कोई नहीं सी डर वध नहीं रहे डर पैदा किए जा रहे असी आप पैदा कर रहे ते ए आकार वाला ही पैदा कर रहे हैं जिंदा आकार कोई नहीं कार दी की लोड़ है जहाज ते शरीर में बैठना है जिहड़ा मन है तुनू तो जहाज की लोड़ ही नहीं है भावे दुनिया के किस हिस्से में मन चला जाता है मन इत शरीर इतने बैठा होता मन कितने चला जाता है मन नू किसी जहाज की लोड़ नहीं मन नू किसी कार की लोड़ नहीं सारी चीज जी है वो आकार नाल संबंधित है शरीर नाल संबंधित है गुरु हर बाणी की केडे डीप कहने कहते भै विच सब आकार है वो निर आकार है इसलिए भै विच नहीं निर्भव हर जी सोए
ਹੁੰਦਾ ਆਕਾਰ ਕੋਈ ਨਹੀਂ ਤੇ ਜਿੰਦਾ ਆਕਾਰ ਕੋਈ ਨਹੀਂ ਉਹਨੂੰ ਰੋਗ ਨਹੀਂ ਲੱਗਿਆ ਆਕਾਰ ਕੋਈ ਨਹੀਂ ਉਹ ਬੁੱਢਾ ਨਹੀਂ ਹੋਇਆ ਉਹਨੂੰ ਬੁਢੇਪੇ ਦਾ ਵੀ ਕੋਈ ਡਰ ਨਹੀਂ ਉਹਨੂੰ ਬਿਮਾਰੀ ਦਾ ਵੀ ਕੋਈ ਡਰ ਨਹੀਂ ਬੁਢੇਪਾ ਆ ਜਾਏਗਾ ਉਹ ਪਾਣੀ ਪਾਈ ਉਸਦੇ ਰੋਟੀ ਜਾਂ ਪਾਣੀ ਹੁੰਦਾ ਆਹਾਰ ਨਹੀਂ ਕਿਉਂਕਿ ਸਰੀਰ ਨਹੀਂ ਇਹ ਤਾਂ ਸਾਡਾ ਆਹਾਰ ਹੈ ਉਹਦਾ ਤਾਂ ਸਰੀਰ ਤੋਂ ਬਿਨਾਂ ਹੋਣ ਕਰਕੇ ਉਹਨੂੰ ਰੋਟੀ ਪਾਣੀ ਭੋਗ ਲਵਾਉਣਾ ਅਸੀਂ ਕਿਉਂ ਛੱਡਿਆ ਹੌਲੀ ਹੌਲੀ ਵਿਚਾਰਵਾਨ ਲੋਕਾਂ ਨੇ ਵੀ ਭੋਗ ਲਵਾਉਣਾ ਨਾ ਆਖੋ ਪ੍ਰਵਾਨ ਹੋਣਾ ਆਖੋ ਉਹਦਾ ਕਾਰਨ ਕੀ ਕਿਉਂਕਿ ਉਹ ਸਰੀਰ ਨਹੀਂ ਉਹਨੂੰ ਉਹਨੇ ਭੋਗ 'ਤੇ ਲਾਉਣਾ ਕੋਈ ਨਹੀਂ ਅਤੇ ਜੇ ਕੁਝ ਭੋਗ ਲਾਏਗਾ ਜੇ ਕੋਈ ਖਾਏਗਾ ਤਾਂ ਸਤਿਗੁਰੂ ਬਾਣੀ ਵਿੱਚ ਆਖਿਆ ਜਿਹੜਾ ਭੋਗੀ ਹੈ ਉਹ ਰੋਗੀ ਹੈ ਰੋਗੀ ਹਮੇਸ਼ਾ ਉਹ ਹੁੰਦਾ ਜਿਹੜਾ ਭੋਗੀ ਹੋਵੇ ਜਿਹੜਾ ਭੋਗੀ ਨਹੀਂ ਉਹ ਰੋਗੀ ਵੀ ਨਹੀਂ ਅਤੇ ਜਦੋਂ ਰੋਗੀ ਨਹੀਂ ਡਰ ਕੋਈ ਨਹੀਂ ਸਾਡੇ ਹਰ ਕਦਮ 'ਤੇ ਦਿਨ ਰਾਤ ਰੋਗ ਦਾ ਸਾਡੇ ਜੀਵਨ ਨੂੰ ਬਹੁਤਾ ਡਰ ਲੱਗ ਰਿਹਾ ਹੈ ਉਹਦਾ ਕਾਰਨ ਹੈ ਹਰ ਇੱਕ ਚੀਜ਼ ਛਾਣ ਬੀਨ ਕੇ ਦੇਖ ਕੇ ਅਸੀਂ ਚਾਹੁੰਦੇ ਹਾਂ ਪਾਣੀ ਵੀ ਫਿਲਟਰ ਕੀਤਾ ਹੋਇਆ ਮਿਲੇ ਕਿਤੇ ਕੋਈ ਰੋਗ ਨਾ ਲੱਗ ਜਾਏ ਅਤੇ ਉਹ ਰੋਗ ਲੱਗਣਾ ਸਰੀਰ ਦਾ ਸਰੀਰ ਜਿੰਦਾ ਹੈ ਨਹੀਂ ਜਿੰਦਾ ਸਰੀਰ ਕੋਈ ਨਹੀਂ ਉਹ ਆਕਾਰ ਤੋਂ ਬਿਨਾਂ ਹੈ ਇਸ ਲਈ ਉਹ ਨਿਰਆਕਾਰ ਹੈ ਉਹ ਨਿਰਭਉ ਹੈ ਨਾ ਉਹ ਬੁੱਢਾ ਨਾ ਉਹ ਬਾਲਾ ਨਾ ਉਹਦੇ 'ਤੇ ਬਚਪਨ ਹੈ ਕਿਉਂਕਿ ਬਚਪਨ ਅਤੇ ਬੁਢੇਪਾ ਦੋਨੋਂ ਹੀ ਕਮਜ਼ੋਰੀ ਦੀਆਂ ਨਿਸ਼ਾਨੀਆਂ ਨੇ ਬਚਪਨ ਵਿੱਚ ਵੀ ਕਿਸੇ ਨੂੰ ਉਂਗਲ ਫੜ ਕੇ ਤੁਰਨਾ ਪੈਂਦਾ ਅਤੇ ਵਿਚਾਰ ਕਰ ਬੁਢੇਪੇ ਵਿੱਚ ਵੀ ਕਿਸੇ ਡਗੋਰੀ ਦੀ ਲੋੜ ਪੈਂਦੀ ਅਗਵਾਈ ਦੀ ਇਸ ਲਈ ਬਾਲਾ ਅਤੇ ਬੁੱਢਾ ਬੁਢੇਪਾ ਅਤੇ ਬਚਪਨ ਦੋਨੋਂ ਹੀ ਜਿਹੜੇ ਨੇ ਉਹ ਕਿਸੇ ਦੇ ਮੁਹਤਾਜ ਨੇ ਗੁਰੂ ਨੇ ਆਖਿਆ ਨਾ ਉਹ ਬੁੱਢਾ ਨਾ ਉਹ ਬਾਲਾ ਨਾ ਉਹਦੀ ਜੋਤ ਬੁੱਢੀ ਹੁੰਦੀ ਹੈ ਨਾ ਉਹ ਬਾਲਾ ਬਚਪਨ ਦੋਨੋਂ ਵੀ ਤਾਂ ਕੋਈ ਇਸ ਲਈ ਉਹ ਭੈ ਵਿੱਚ ਨਹੀਂ ਹੁਣ ਮਸਲਾ ਭੈ ਦਾ ਚੱਲ ਰਿਹਾ ਤੀਜਾ ਸਭ ਤੋਂ ਵੱਡਾ ਚਲੋ ਬਾਕੀ ਵਿਸਥਾਰ ਵਿੱਚ ਨਾ ਜਾਈਏ ਭੈ ਕਿਹੜੀ ਕਿਹੜੀ ਚੀਜ਼ ਦਾ ਸਭ ਤੋਂ ਵੱਡਾ ਇੱਕ ਭੈ ਤਾਂ ਸਾਰਿਆਂ 'ਤੇ ਹੈ ਨਾ ਉਹ ਮੌਤ ਦਾ ਗੁਰੂ ਨੇ ਆਪ ਪਾਣੀ ਵਿੱਚ ਆਖ ਦਿੱਤਾ ਕਿ ਦੁਨੀਆਂ ਦਾ ਹਰ ਮਨੁੱਖ ਜਿਹੜਾ ਮੌਤ ਤੋਂ ਡਰ ਰਿਹਾ ਲੋਕ ਜਿੰਨੇ ਨੇ ਬਾਕੀ ਚੀਜ਼ਾਂ ਤੋਂ ਡਰਨ ਨਾ ਡਰ ਅਰੋਗ ਵੀ ਰਹਿ ਜਾਣ ਚਲੋ ਬੁਢੇਪੇ ਵਿੱਚ ਬਲਵਾਨ ਵੀ ਰਹਿ ਜਾਣ ਚਲੋ ਐਸੇ ਸਾਧਨ ਬਣਾ ਲੈਣ ਪਰ ਮੌਤ ਤਾਂ ਹਰ ਇੱਕ 'ਤੇ ਆਉਣੀ ਇਹ ਡਰ ਤਾਂ ਸਾਰਿਆਂ ਦੇ ਸਿਰ 'ਤੇ ਹੁਣ ਉਹ ਜਿਹੜਾ ਆਕਾਰ ਵਾਲਾ ਹੈ ਉਸੇ 'ਤੇ ਮੌਤ ਆਉਣੀ ਜੋ ਦੀਸੇ ਸੋ ਸਗਲ ਬਿਨਾਸੇ ਬਿਨਸਣਾ ਵੀ ਉਹਨੇ ਜਿਹੜਾ ਦਿਸਦਾ ਭੈ ਵਿੱਚ ਸਭ ਆਕਾਰ ਕਿਉਂਕਿ ਮੈਂ ਹੈਰਾਨ ਹੋਇਆ ਜਦੋਂ ਮੇਰੇ ਸਾਹਮਣੇ ਇਹ ਲਾਈਨ ਆਈ ਕਿ ਇਹਨੇ ਇੱਕ ਲਾਈਨ ਨੇ ਸਾਰਾ ਕੁਝ ਖੁਲਾਸਾ ਕਰ ਦਿੱਤਾ ਇੱਕ ਲਫ਼ਜ਼ ਨੇ ਕਿ ਭੈ ਵਿੱਚ ਸਭ ਆਕਾਰ ਹੈ ਨਿਰਭਉ ਹਰ ਜੀਉ ਸੋਇ ਕਿਉਂਕਿ ਉਹ ਨਿਰੰਕਾਰ ਜਿਹੜਾ ਹੈ ਉਹ ਨਿਰਆਕਾਰ ਹੈ ਇੱਕ ਖਿਆਲ ਕਰਿਓ ਮੈਂ ਇੱਕ ਵਾਰ ਅਰਜ਼ ਕੀਤੀ ਸੀ ਇਹ ਗੱਲ ਗੁਰਬਾਣੀ ਦੀ ਸਿਧਾਂਤ ਦੀ ਬੜੀ ਜ਼ਰੂਰੀ ਸਮਝਣ ਵਾਲੀ ਹੈ ਮੈਂ ਅਰਜ਼ ਕੀਤੀ ਸੀ ਵੀ ਸਿੱਖ ਦੇ ਇਸ ਕਨਸੈਪਟ ਵਿੱਚ ਨਾ ਗੁਰੂ ਸਰੀਰਧਾਰੀ ਹੈ ਗੁਰੂ ਸ਼ਬਦ ਹੈ ਉੱਥੇ ਹਰ ਚੀਜ਼ ਨਿਰਆਕਾਰ ਨਾਲ ਸਿੱਖੀ ਨੂੰ ਕਿਉਂ ਜੋੜ ਦਿੱਤਾ ਨਾ ਸਿੱਖ ਸਰੀਰ ਹੈ ਉੱਥੇ ਕਹਿ ਦਿੱਤਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਉਹਦਾ ਚੇਲਾ ਸਿੱਖ ਜਿਹੜਾ ਉਹ ਸੁਰਤੀ ਹੈ ਸਰੀਰ ਨਹੀਂ ਸਾਡਾ ਦੁਖਾਂਤ ਕੀ ਹੈ ਅਸੀਂ ਸਭ ਕੁਝ ਸਰੀਰ 'ਤੇ ਲੈ ਆਉਂਦਾ ਅਸੀਂ ਕੱਪੜੇ ਪੇ ਕਿਹੋ ਜਿਹੇ ਪਾਉਣੇ ਜੀ ਆਹ ਨਾ ਪਾਓਗੇ ਤਾਂ ਸਿੱਖ ਨਹੀਂ ਦਸਤਾਰ ਕਿਸ ਰੰਗ ਦੀ ਬਣਨੀ ਹੈ ਜੀ ਇਸ ਰੰਗ ਦੀ ਨਾ ਬਣੋ ਤਾਂ ਸਿੱਖ ਨਹੀਂ ਛੱਡ ਦਿੱਤੀ ਵੀ ਕਿਉਂ ਸੁਣਾਈ ਕਿ ਦਰਬਾਰ ਸਾਹਿਬ ਮੈਨੂੰ ਚਿੱਠੀ ਆ ਗਈ ਉਹਦੇ 'ਚ ਤਿੰਨ ਰੰਗ ਲਿਖੇ ਗਏ ਗੁਰਮਤ ਅਨੁਸਾਰ ਆ ਤਿੰਨ ਰੰਗ ਬਣਨੇ ਬਹੁਤ ਜ਼ਰੂਰੀ ਨੇ
ਇਹਦਾ ਮਤਲਬ ਹਰ ਇੱਕ ਚੀਜ਼ ਸਾਡੇ ਸਰੀਰ 'ਤੇ ਆ ਕੇ ਟਿਕ ਗਈ ਅਤੇ ਸਰੀਰ 'ਤੇ ਜਿਹੜੀ ਟਿਕੀ ਗਈ ਉਹ ਭੈ ਵਿੱਚ ਆਏ ਅਤੇ ਹੈ ਨਾ ਉਹਨਾਂ ਗੁਰਬਾਣੀ ਦੀ ਗਹਿਰਾਈ ਵਿੱਚ ਜਾ ਕੇ ਸਤਿਗੁਰੂ ਆਖ ਰਹੇ ਨੇ ਭੈ ਵਿੱਚ ਸਭ ਆਕਾਰ ਹੈ ਜਿੰਨਾ ਆਕਾਰ ਹੈ ਉਹ ਸਾਰਾ ਭੈ ਵਿੱਚ ਹੈ ਅਤੇ ਗੁਰੂ ਨੇ ਸਾਨੂੰ ਇਸ ਆਕਾਰ ਤੋਂ ਵੱਖਰਾ ਕੀਤਾ ਸੀ ਅਤੇ ਕਨਸੈਪਟ ਦਿੱਤਾ ਸੀ ਨਾ ਸਾਡਾ ਗੁਰੂ ਸਰੀਰ ਹੈ ਉਹ ਵੀ ਜੋਤ ਹੈ ਇਹੋ ਕਾਰਨ ਹੈ ਗੁਰੂ ਨੇ ਬਾਣੀ ਵਿੱਚ ਆਖਿਆ ਕਹਿੰਦੇ ਨੇ ਜੋਤ ਮਰਦੀ ਨੇ ਜੋਤ ਜੋਤੀ ਵਿੱਚ ਸਮਾ ਜਾਂਦੀ ਰੱਬ ਮਰਦਾ ਨਹੀਂ ਇਸ ਲਈ ਉਹਨੂੰ ਨਿਰਭਉ ਹੈ ਕਿਉਂਕਿ ਸਭ ਤੋਂ ਵੱਡਾ ਭੈ ਤਾਂ ਮੌਤ ਦਾ ਰੱਬ ਮਰਦਾ ਵੀ ਨਹੀਂ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੂਕੇ ਭੋਗ ਗੁਣ ਇਹੋ ਹੋਰ ਨਾ ਹੀ ਕੋਈ ਇਹ ਵੀ ਉਹਦਾ ਗੁਣ ਹੈ ਕਿ ਉਹ ਮਰਦਾ ਨਹੀਂ ਇਸ ਲਈ ਉਹ ਨਿਰਭਉ ਹੈ ਉਹ ਮਰਦਾ ਨਹੀਂ ਸਰੀਰ ਮਰਦਾ ਹੈ ਜਿਹੜੀ ਦਿਸਦੀ ਚੀਜ਼ ਮਰਦੀ ਗੁਰੂ ਨੇ ਬਾਣੀ ਵਿੱਚ ਕਿਉਂ ਕਹਿ ਦਿੱਤਾ ਮਾਟੀ ਮਾਟੀ ਹੋਈ ਕਹਿਣ ਲੱਗੇ ਪਵਨੇ ਮੈਂ ਪਵਨ ਸਮਾਇਆ ਮਰੀ ਨੇ ਸਮਾ ਗਈ ਜੋਤੀ ਮੈਂ ਜੋਤ ਰਲ ਜਾਇਆ ਜੋਤੀ ਵਿੱਚ ਜੋਤ ਚਲੀ ਗਈ ਮਾਟੀ ਮਾਟੀ ਹੋਈ ਏਕ ਮਿੱਟੀ ਵਿੱਚ ਮਿੱਟੀ ਚਲੀ ਗਈ ਰੋਵਣ ਹਾਰੇ ਕੀ ਕਵਨ ਟੇਕ ਜਿਹੜਾ ਰੋ ਰਿਹਾ ਕਿਉਂਕਿ ਮੇਰਾ ਕੋਈ ਰਿਸ਼ਤੇਦਾਰ ਮੇਰਾ ਕੋਈ ਭਰਾ ਕੋਈ ਰਿਸ਼ਤੇ ਸੰਬੰਧੀ ਮਰ ਗਿਆ ਉਹ ਕਿਹੜੀ ਚੀਜ਼ ਕਿੰਨੇ ਸਹਾਰੇ ਰੋ ਰਿਹਾ ਕਿਹੜੀ ਗੱਲ ਉਹਦੇ ਕੋਲ ਹੈ ਇਸੇ ਸਹਾਰੇ ਵਾਲੇ ਵੀ ਮੇਰਾ ਕੋਈ ਮਰ ਗਿਆ ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਨ ਟੇਕ ਕੌਣ ਮੂਆ ਰੇ ਕੌਣ ਮੂਆ ਦੱਸ ਕਿਹੜੀ ਚੀਜ਼ ਮਰੀ ਮਿੱਟੀ ਤਾਂ ਮਿੱਟੀ ਵਿੱਚ ਰਲ ਗਈ ਜੋਤ ਜੋਤ ਜੋਤੀ ਵਿੱਚ ਰਲ ਗਈ ਹੈ ਪਵਨ ਪਵਨ ਵਿੱਚ ਰਲ ਗਈ ਤੂੰ ਦੱਸ ਕਿਹੜੀ ਚੀਜ਼ ਮਰੀ ਜਿਹੜੀ ਖਤਮ ਹੋਈ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰ ਆਓ ਬ੍ਰਹਮ ਦੀ ਪ੍ਰਭੂ ਨਾਲ ਜੁੜੇ ਹੋਏ ਲੋਕੋ ਬੈਠ ਕੇ ਵਿਚਾਰ ਕਰੋ ਅਸੀਂ ਇਹ ਵਿਚਾਰ ਕਦੀ ਕਰਦੇ ਹੀ ਨਹੀਂ ਬ੍ਰਹਮ ਗਿਆਨੀ ਮਿਲ ਕਰੋ ਵਿਚਾਰ ਇਹ ਤਾਂ ਚਲਤ ਭਾਇਆ ਇਹ ਤਾਂ ਅਸਚਰਜ ਕ੍ਰਿਸ਼ਮਾ ਹੋ ਗਿਆ ਕਿ ਮਨੁੱਖ ਰੋਈ ਜਾਂਦਾ ਰੋਈ ਜਾਂਦਾ ਰੋਈ ਇਹ ਸੋਚਦਾ ਹੀ ਨਹੀਂ ਵੀ ਕਿਹੜਾ ਮਰਿਆ ਕੌਣ ਬੂਆ ਰੇ ਕੌਣ ਬੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰ ਇਹ ਤਾਂ ਚਲਤ ਭਾਇਆ ਬਲਕਿ ਇੱਕ ਸ਼ਬਦ ਜਿਹੜਾ ਪੜ੍ਹਿਆ ਜਾਂਦਾ ਉਹ ਆਪਣੇ ਆਪ ਵਿੱਚ ਗਿਆਨ ਹੈ ਉੱਧਰ ਅਸੀਂ ਸ਼ਬਦ ਪੜ੍ਹ ਲੈਂਦੇ ਹਾਂ ਵਿਚਾਰਦੇ ਨਹੀਂ ਸਤਿਗੁਰੂ ਨੇ ਬਾਣੀ ਵਿੱਚ ਆਖਿਆ ਅਸੀਂ ਆਮ ਅਕਸਰ ਮਾਤਮ 'ਤੇ ਪੜ੍ਹਦੇ ਹਾਂ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਅੱਗੇ ਤੋਂ ਕਹਿ ਜੋਤੀ ਜੋਤ ਰਲੀ ਸੰਪੂਰਨ ਲਫਜ਼ ਵਰਤ ਰਹੇ ਹਾਂ ਅਸੀਂ ਪਰ ਅਸੀਂ ਕਹਿੰਦੇ ਹਾਂ ਫਲਾਣਾ ਪੂਰਾ ਹੋ ਗਿਆ ਜਿੰਨਾ ਚਿਰ ਜਿਉਂਦਾ ਸੀ ਉਨਾ ਚਿਰ ਅਧੂਰਾ ਸੀ ਉਨਾ ਚਿਰ ਅਧੂਰਾ ਸੀ ਜਨ ਊਰਾ ਤੂੰ ਪੂਰਾ ਜਿੰਨੀ ਦੇਰ ਜਿਉਂਦਾ ਸੀ ਉਨੀ ਦੇਰ ਅਧੂਰਾ ਸੀ ਜਿਸ ਦਿਨ ਅਸੀਂ ਮਰ ਗਿਆ ਆਖਦਾ ਉਸ ਦਿਨ ਕਹਿਤਾ ਹੁਣੇ ਪੂਰਾ ਹੋ ਗਏ ਅਸਲ 'ਚ ਪੂਰਾ ਦਾ ਮਤਲਬ ਹੈ ਜੋਤੀ ਵਿੱਚ ਜਿਹੜਾ ਜੋਤੀ ਪੂਰਾ ਹੈ ਉਹਦੇ ਵਿੱਚ ਰਲ ਗਿਆ ਜੋਤੀ ਜੋਤ ਰਲੀ ਸੰਪੂਰਨ ਉੱਥੇ ਉੱਥੇ ਜਾ ਕੇ ਪੂਰਾ ਹੋ ਗਿਆ ਉਨੀ ਦੇਰ ਅਧੂਰਾ ਸੀ ਹੁਣ ਉਸ ਜੋਤੀ ਵਿੱਚ ਜਦੋਂ ਜੋਤ ਰਲ ਗਈ ਉੱਥੇ ਪੂਰਾ ਹੋ ਗਿਆ ਉਹ ਸੰਪੂਰਨ ਸੀ ਜੋਤੀ ਜੋਤ ਰਲੀ ਸੰਪੂਰਨ ਥੀ ਆ ਗੁਰਬਾਣੀ ਦਾ ਫੈਸਲਾ ਹੁਣ ਉਹ ਮਰਦਾ ਨਹੀਂ ਅਤੇ ਜਿਹੜਾ ਉਹਦੇ ਵਿੱਚ ਜਾ ਕੇ ਸਰੀਰ ਕਰਕੇ ਆਪਣੇ ਆਪ ਨੂੰ ਜਿਉਂਦਾ ਜਾਂ ਮਰਿਆ ਨਹੀਂ ਸਮਝਦਾ ਸਰੀਰ ਤੋਂ ਉੱਚਾ ਉੱਠਦਾ ਉਹ ਵੀ ਮਰਦਾ ਨਹੀਂ ਹੈਰਾਨ ਹੁੰਦਾ ਸਾਡੇ ਵਿੱਚ ਅਸੀਂ ਹਰ ਗੱਲ ਦੇਖ ਰਹੇ ਹਾਂ ਸੁਣ ਰਹੇ ਹਾਂ ਮੰਨ ਰਹੇ ਹਾਂ ਪਰ ਸਮਝ ਨਹੀਂ ਰਹੇ ਆ ਸ਼ਹੀਦੀ ਦਾ ਕਨਸੈਪਟ ਕੀ ਹੈ ਅਸੀਂ ਸ਼ਹੀਦਾਂ ਦੇ ਦਿਨ ਵੀ ਮਨਾਉਣੇ ਅਨੇਕਾਂ
लोग वह भी ने वड्डे जिगरे वाले जिहड़े शहीद होण दीआं गल्लां भी करदे ने साडे विच शहीद है ने भी वह भी शहीद ने जिन्हां ने बंद बंद कटाया तत्तियां लोहां ते बैठे आरिआं नाल तन चीरे गए ਇਹ ਸਭ ਸ਼ਹੀਦੀ ਕੰਸੈਪਟ ਹੈ ਕਿ ਸ਼ਹੀਦੀ ਦੀ ਸੋਚ ਸ਼ਹੀਦੀ ਦੀ ਕੰਸੈਪਟ ਦਾ ਕੰਸੈਪਟ ਸ਼ਹੀਦੀ ਲਈ ਮਨ ਜਿਗਰਾ ਚੜ੍ਹਦੀ ਕਲਾ ਕਿਵੇਂ ਬਣਦੀ ਹੈ ਇਹ ਉਦੋਂ ਬਣਦੀ ਹੈ ਜਦੋਂ ਉਹ ਇਸ ਗੱਲ 'ਤੇ ਗੁਰੂ ਦੀ ਇਸ ਗੱਲ 'ਤੇ ਵਿਸ਼ਵਾਸ ਕਰ ਲਵੇ ਕਿ ਸਰੀਰ ਮਰਦਾ ਹੈ ਜੋਤ ਨਹੀਂ ਮਰਦੀ ਅਤੇ ਮੈਂ ਸਰੀਰ ਨਹੀਂ ਜਿਸ ਦਿਨ ਆ ਕੇ ਸਮਝ ਲਵੇ ਕਿ ਸਿੱਖ ਸਰੀਰ ਨਹੀਂ ਹੁੰਦਾ ਹੁਣ ਜੇ ਸਿੱਖ ਸਰੀਰ ਨਹੀਂ ਹੁੰਦਾ ਤੇ ਫਿਰ ਬੰਦ ਬੰਦ ਤਾਂ ਸਰੀਰ ਤਾਂ ਕੱਟਿਆ ਜਾ ਰਿਹਾ ਉਹ ਤਾਂ ਮਰੇ ਹੀ ਨਹੀਂ ਉਹ ਡਰੇਗਾ ਕਿਉਂ ਡਰੇ ਤਾਂ ਉਹ ਜਿਹਨੂੰ ਇਹ ਡਰ ਹੋਵੇ ਕਿ ਮੈਂ ਮਰ ਜਾਵਾਂਗਾ ਮੇਰਾ ਬੰਦ ਬੰਦ ਕੱਟਿਆ ਜਾਏਗਾ ਉਹ ਕਹਿੰਦਾ ਸਰੀਰ ਦਾ ਬੰਦ ਬੰਦ ਕੱਟਿਆ ਜਾ ਰਿਹਾ ਮੈਂ ਸਰੀਰ ਤਾਂ ਹਾਂ ਹੀ ਨਹੀਂ ਇੱਕ ਕੰਸੈਪਟ ਗੁਰੂ ਦਾ ਨਾਂ ਸਮਝਣ ਕਰਕੇ ਸਾਡੀ ਸਾਰੀ ਪਰੇਸ਼ਾਨੀ ਉਹ ਕੰਸੈਪਟ ਹੈ ਕਿ ਸਿੱਖ ਵੀ ਸਰੀਰ ਨਹੀਂ ਗੁਰੂ ਵੀ ਸਰੀਰ ਨਹੀਂ ਅਤੇ ਰੱਬ ਵੀ ਸਾਡਾ ਸਰੀਰ ਨਹੀਂ ਜਿਸ ਦਿਨ ਅਸੀਂ ਸਰੀਰ ਵਿੱਚ ਆਵਾਂਗੇ ਅਤੇ ਸਰੀਰ ਦੀ ਸਤਾ 'ਤੇ ਜੀਵਾਂਗੇ ਉਸ ਦਿਨ ਅਨੇਕਾਂ ਦੁਸ਼ਮਣ ਸਾਡੇ ਸਾਰ ਚੁਫੇਰੇ ਹੋਣਗੇ ਉਹ ਰੋਗ ਵੀ ਹੋਏਗਾ ਉਹ ਮੌਤ ਵੀ ਹੋਏਗੀ ਉਹ ਬੁਢੇਪਾ ਵੀ ਹੋਏਗਾ ਅਤੇ ਫਿਰ ਸਾਡੇ ਇੰਨੇ ਵਿਆਰੀਆਂ ਦੇ ਦਰਮਿਆਨ ਵਿੱਚ ਨਿਰਭੈ ਕਿਵੇਂ ਹੋ ਸਕਦੇ ਹਾਂ ਗੁਰੂ ਨੇ ਇੱਕ ਲਾਈਨ ਵਿੱਚ ਫੈਸਲਾ ਦੇ ਦਿੱਤਾ ਕਹਿਣ ਲੱਗੇ ਉਹ ਇੱਕ ਲਾਈਨ ਹੈ ਕਿ ਭੈ ਵਿੱਚ ਸਭ ਆਕਾਰ ਹੈ ਜਿਹੜੀ ਚੀਜ਼ ਵੀ ਦਿਸਣ ਵਾਲੀ ਹੈ ਉਹ ਸਾਰੀ ਭੈ ਵਿੱਚ ਹੈ ਉਹ ਮਰੇਗੀ ਉਹ ਟੁੱਟੇਗੀ ਉਹਦੇ 'ਤੇ ਬੁਢੇਪਾ ਆਵੇਗਾ ਉਹ ਰੋਗੀ ਹੋਏਗੀ ਖਰਾਬ ਹੋਏਗੀ ਨਵੀਂ ਗੱਡੀ ਲੈ ਕੇ ਆਓ ਦੋ ਚਾਰ ਛੇ ਮਹੀਨੇ ਸਾਲ ਦਾ ਬਾਅਦ ਖਰਾਬ ਹੋ ਜਾਂਦੀ ਹੈ ਕੋਈ ਮਸ਼ੀਨੀ ਕਿਉਂਕਿ ਬਣਾਈ ਹੋਈ ਹੈ ਨਾ ਦਿਸਦੀ ਹੈ ਨਾ ਗੁਰੂ ਕਹਿੰਦੇ ਨੇ ਜੋਤ ਜੋਤੀ ਵਿੱਚ ਸਮਾ ਜਾਂਦੀ ਹੈ ਇਸ ਲਈ ਉਹ ਦਿਸਦੀ ਨਹੀਂ ਮੈਂ ਇੱਕ ਵਾਰ ਕੀਤੀ ਸੀ ਨਾ ਵੀ ਆਪਾਂ ਕਹਿੰਦੇ ਫਲਾਣਾ ਮਰ ਗਿਆ ਉਹ ਅੰਦਰੋਂ ਜਿਹੜਾ ਜੀਵਨ ਚਲਾ ਗਿਆ ਉਹ ਜੀਵਨ ਕਈ ਵਾਰ ਤੁਸੀਂ ਆਪਣੀ ਜ਼ਿੰਦਗੀ ਅੰਦਰ ਆਪਰੇਸ਼ਨ ਸਰਜਰੀਆਂ ਕਰਾਉਂਦੇ ਹੋ ਕਿਸੇ ਡਾਕਟਰ ਨੂੰ ਆਖੋ ਵੀ ਅੰਦਰਲੀ ਉਸ ਜੀਵਨ ਦੀ ਜੋਤ ਜੋਤ ਦੀ ਫੋਟੋ ਖਿੱਚ ਲਵੇ ਉਹ ਤਾਂ ਜਾਣ ਲੱਗੇ ਵੀ ਨਹੀਂ ਦਿਸਦੀ ਆਵਤ ਕਿਹਨੇ ਨਾ ਪੇਖੇ ਹੋ ਕਵਨੇ ਜਾਣੇ ਰੀ ਬਾਈ ਜਾਤੋ ਜਾਏ ਕਹਾਂ ਤੇ ਆਵੇ ਗੁਰੂ ਕਹਿੰਦੇ ਜਾਣਨਾ ਚਾਹੀਦਾ ਭਲਾ ਜੇ ਤੂੰ ਸਿਆਣਾ ਜੇ ਤੇਰੇ ਕੋਲ ਕੋਈ ਸਾਇੰਸ ਹੈ ਤਾਂ ਇਹ ਦੱਸ ਜੀਵਨ ਕਿੱਥੋਂ ਆਇਆ ਅਤੇ ਵਾਪਸ ਕਿੱਥੇ ਚਲਾ ਗਿਆ ਨਾ ਕਿਸੇ ਨੇ ਆਉਂਦਾ ਵੇਖਿਆ ਨਾ ਕਿਸੇ ਨੇ ਜਾਂਦਾ ਵੇਖਿਆ ਨਾ ਕਿਸੇ ਨੇ ਸਰਜਰੀ ਹੁੰਦੀ ਵੇਖੀ ਨਾ ਕਿਸੇ ਦੇ ਅੰਦਰ ਜੀਵਨ ਨੂੰ ਪੁੱਛਿਆ ਕਿਉਂਕਿ ਉਹ ਜੋਤ ਹੈ ਅਤੇ ਜੋਤ ਜਿਹੜੀ ਹੈ ਉਹ ਆਕਾਰ ਨਹੀਂ ਅਤੇ ਗੁਰੂ ਕਹਿੰਦੇ ਨੇ ਕਿਉਂਕਿ ਉਹ ਜਿਹੜੀ ਚੀਜ਼ ਵੀ ਆਕਾਰ ਨਾਲ ਜੁੜੇਗੀ ਉਹ ਦੁਖੀ ਹੋਏਗੀ ਉਹ ਭੈ ਵਿੱਚ ਹੋਏਗੀ ਜਿਹੜੀ ਨਿਰੰਕਾਰ ਨਾਲ ਜੁੜੇਗੀ ਨਿਰਆਕਾਰ ਨਾਲ ਜੁੜੇਗੀ ਉਹ ਨਿਰਭਉ ਹੋਏਗੀ ਇਸ ਲਈ ਕਹਿ ਦਿੱਤਾ ਨਿਰਭਉ ਜਪੇ ਸਗਲ ਭਉ ਮਿਟੇ ਕਿਉਂਕਿ ਉਹ ਆਕਾਰ ਨਹੀਂ ਅਸੀਂ ਆਕਾਰ ਹਾਂ ਆਹ ਫਰਕ ਸਮਝਾਇਆ ਇੱਕ ਲਫਜ਼ ਵਿੱਚ ਕਿ ਨਿਰਭਉ ਕੀ ਹੈ ਸਤਿਗੁਰੂ ਕਹਿੰਦੇ ਨੇ ਨਿਰਭਉ ਹਰ ਜੀਵ ਸੋ ਭੈ ਵਿੱਚ ਭੈ ਵਿੱਚ ਸਭ ਆਕਾਰ ਹੈ ਆਕਾਰ ਹੈ ਨਿਰਭਉ ਹਰ ਜੀਉ ਸੋ ਨਿਰਭਉ ਹਰ ਜੀਉ ਸੋ
ਸਾਨੂੰ ਇੱਕ ਫੈਸਲਾ ਦੇ ਦਿੱਤਾ ਹੈ, ਭੈ ਵਿੱਚ ਸਭ ਆਕਾਰ ਹੈ, ਅਤੇ ਉਹ ਆਕਾਰ ਭੈ ਵਿੱਚ ਕਿਵੇਂ ਹੈ, ਅਸੀਂ ਨਿਰਭਉ ਕਿਵੇਂ ਹੋਣਾ ਹੈ, ਇਹ ਆਪਾਂ ਅਗਲੀ ਵਾਰ ਵਿਚਾਰਾਂਗੇ, ਅਗਲੀ ਵਾਰ, ਕਿਉਂਕਿ ਅਗਲੇ ਲਫਜ਼ 'ਤੇ ਸਤਿਗੁਰੂ ਕਿਰਪਾ ਕਰੇ ਸਾਨੂੰ ਇੰਨਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਵਿਸਥਾਰ ਮਿਲ ਜਾਂਦਾ, ਅੱਗੇ ਤੁਰਿਆ ਨਹੀਂ, ਬੜਾ ਸਲੋ ਤੁਰ ਰਿਹਾ, ਮੂਲ ਮੰਤਰ ਦੇ ਵਿਆਖਿਆ ਵਿੱਚ ਹੀ ਅਤੇ ਵਿਚਾਰ ਵਿੱਚ ਹੀ ਆਪਾਂ ਨੂੰ ਦੋ ਤਿੰਨ ਦੋ ਢਾਈ ਮਹੀਨੇ ਲੰਘ ਗਏ ਨੇ। ਸੋ ਗੁਰੂ ਬਖਸ਼ਿਸ਼ ਕਰੇ, ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।